ਯਾਰੋ ਖੇਡਣੀ ਕਬੱਡੀ ਹੈ, ਇਹ ਕਬੱਡੀ ਖੇਡਣੀ ਕਾਕਾ ਸੁਰਖਪੁਰੀਆ। ਤਗੜੇ ਹੋ ਜਾਓ ਬਈ ਜਵਾਨੋ, ਕਾਕਾ ਸੁਰਖਪੁਰੀਆ। ਉਧਰ ਬਾਜਵਾਲੀ ਆਖੇ ਗੌਰੀ ਰੈਫਰੀ ਦੇ, ਬਾਜਵਾਲੀ ਆਖੇ ਨੌਜਵਾਨ ਕਬੱਡੀ ਦੇ ਖੇਤਰ ਦੇ ਵਿੱਚ ਅੱਜ ਕੱਲ੍ਹ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰ ਰਿਹਾ ਨੌਜਵਾਨ ਗੌਰੀ। ਚੱਲ ਬਈ ਜਵਾਨਾ, ਲਾਸਟ ਫੈਸਲਾ ਜਿਹੜਾ ਉਹ ਰੈਫਰੀ ਦਾ। ਕਿਹੜੀ ਚੀਜ਼ ਹੈ ਉਹ? ਲਾਈਨ ਦਾ ਭੁਲੇਖਾ ਪੈ ਗਿਆ ਯਾਰ, ਘਰ ਭੁੱਲ ਗਈ ਮੋੜ ਤੇ ਆ ਕੇ, ਮੈਂ ਲੰਮੀ ਸੀਟੀ ਮਾਰ ਮਿੱਤਰਾ, ਘਰ ਭੁੱਲ ਗਈ ਲਾਈਨ, ਵਿੰਗ ਵਾਲੀ ਲਾਈਨ ਹੈ। ਹਾਂ, ਲਾਸਟ ਫੈਸਲੇ ਜਿਹੜੇ ਆ ਉਹ ਰੈਫਰੀ ਦੇ ਨੇ। ਉਹ ਦੇਤਾ ਨੰਬਰ, ਦੇਤਾ ਬਈ ਨੰਬਰ, ਹੋ ਗਿਆ ਰੇਡਰ ਦਾ, ਹੋ ਗਿਆ ਬਈ ਨੰਬਰ, ਨੋਟ ਕਰ ਲਿਓ ਬਈ ਨੰਬਰ ਰੇਡਰ ਦਾ, ਜੇ ਨੰਬਰ ਰੇਡਰ ਦਾ ਖਿਆਲ ਕਰ ਲਿਓ, ਜੇ ਨਿਸ਼ਾਨੀ ਲਾ ਲਿਓ, ਦੂਜੇ ਪਾਸੇ ਕੱਟ ਦਿਓ ਤੇ ਇੱਧਰ ਲਾ ਦਿਓ, ਨਾਲ ਗੋਲ ਕਰਕੇ ਨਿਸ਼ਾਨੀ ਲਾ ਲਓ। ਹਾਂਜੀ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਚੱਲ ਚੱਲ ਕੋਈ ਗੱਲ ਨਹੀਂ। ਲਾਸਟ ਫੈਸਲਾ ਜਿਹੜਾ ਉਹ, ਜੇ ਗਲਤੀ ਲੱਗ ਗਈ ਤਾਂ ਤੁਹਾਨੂੰ ਤੁਹਾਡਾ ਨੰਬਰ ਦੇ ਦਿੱਤਾ ਜਵਾਨੋ, ਫਿਰ ਬੋਲਣ ਦਾ ਮਤਲਬ ਵੀ ਕੋਈ ਨਹੀਂ ਬਣਦਾ। ਚੱਲ ਬਈ ਸ਼ੀਲਾ, ਤਗੜੇ ਹੋ ਜਾਓ ਜਵਾਨੋ, ਸ਼ੀਲਾ ਆਪਣੀ ਡੀ ਦੇ ਵਿੱਚ ਹੋ ਜਾਓ ਬਾਈ, ਆਪਣੀ ਡੀ ਦੇ ਵਿੱਚ ਹੋ ਜਾਓ। ਸ਼ੀਲਾ, ਸ਼ੀਲਾ ਆ ਗਿਆ, ਸ਼ੀਲਾ ਹੋਈ ਆ ਸੋਹਣੇ ਸਿੱਖ ਸਰਦਾਰ ਨੌਜਵਾਨ ਨਾਲ ਗੱਲ, ਵੇਖ ਹੁਣ ਕਿਹੋ ਜਿਹੀ ਗੱਲ ਕਰਕੇ ਵਿਖਾਲਦਾ ਬਈ। ਸ਼ੀਲਾ, ਸ਼ੀਲਾ ਮਾਰਦਾ ਹੀ ਸ਼ਾਲਾ, ਇਹਨੂੰ ਸ਼ੀਲਾ ਆਖਦੇ ਬਈ ਜਵਾਨਾ, ਸ਼ੀਲਾ ਨੰਬਰ ਹੋ ਗਿਆ। ਚੱਲ ਕੋਈ ਗੱਲ ਨਹੀਂ, ਅਗਲੀ ਵਾਰੀ ਨੂੰ ਪੁੱਛ ਕੇ ਸੁੱਟ ਲਏਗਾ, ਘਬਰਾਨੇ ਕਿਹੜੀ ਗੱਲੋਂ। ਚੱਲ ਵੀ ਜਵਾਨੋ ਤਗੜੇ ਹੋ ਜਾਓ, ਆ ਗਿਆ ਹੀ ਰੋਡਾ ਭੋਡਾ ਗੱਭਰੂ, ਉਹ ਵੇਖ ਲੈ ਵੇਲਣੇ ਦੀ ਪਿੰਜਰੀ ਵਰਗਾ ਸਰੀਰ ਇਸ ਨੌਜਵਾਨ ਦਾ, ਵੇਖ ਕਿਹੋ ਜਿਹੀ ਗੱਲ ਕਰਕੇ ਵਿਖਾਲਦਾ ਬਈ। ਸੁਰਖਪੁਰੀਆ ਨੌਜਵਾਨ ਮਾਰਦਾ ਹੀ ਛਾਲਾ, ਆ ਗਈ ਵੇਲਣੇ ਚ ਲੱਤ ਮਾਰਦਾ ਛਾਲਾ, ਨੰਬਰ ਲੈ ਕੇ ਆਪਣੇ ਘਰ, ਕਮਾਲ ਦੀ ਗੱਲ ਕਰਕੇ ਵਿਖਾਲ ਦਿੱਤੀ ਆ ਬਈ ਇਸ ਕਾਲੀ ਨੌਜਵਾਨ ਨੇ। ਇੰਸਪੈਕਟਰ ਦਲਵੀਰ ਸਿੰਘ, ਇੰਡੀਅਨ ਕਬੱਡੀ ਦਾ ਕੋਚ ਹੈ ਇੰਸਪੈਕਟਰ ਦਲਵੀਰ ਸਿੰਘ, ਔਰ ਸੰਤੋਖ ਸਿੰਘ ਇੰਟਰਨੈਸ਼ਨਲ ਕਬੱਡੀ ਪਲੇਅਰ ਸਾਡੇ ਚ ਆਮਦ ਹੋਈ ਹੈ, ਗੁਰਦਾਸਪੁਰ ਤੋਂ ਸਾਡੇ ਦਰਮਿਆਨ ਪਹੁੰਚੇ, ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆ ਇੱਥੇ ਪਹੁੰਚਣ ਤੇ ਆਪਣੇ ਵੀਰਾਂ ਦਾ। ਸਰਦਾਰ ਸਵਰਨ ਸਿੰਘ ਜੀ ਸਰਪੰਚ ਸਾਹਿਬ ਬੱਲਾ ਤੋਂ, ਸਾਡੇ ਕੁਲਵਿੰਦਰ ਸਿੰਘ ਬੱਬਲ ਉਹਨਾਂ ਦੇ ਡੈਡੀ ਜੀ, ਸਾਡੇ ਬਾਬਾ ਸਰਦਾਰ ਦਇਆ ਸਿੰਘ ਜੀ ਉਹਨਾਂ ਨੂੰ ਨਾਲ ਲੈ ਕੇ ਗਰਾਊਂਡ ਦੇ ਵਿੱਚ ਇੰਟਰ ਕਰ ਰਹੇ ਆ। ਸੱਤੇ ਪਹਿਲਵਾਨ ਦੇ ਡੈਡੀ ਜੀ ਸਰਦਾਰ ਦਇਆ ਸਿੰਘ, ਕੁਲਵਿੰਦਰ ਸਿੰਘ ਬੱਬਲ ਜੀ ਦੇ ਡੈਡੀ ਸਰਪੰਚ ਸਾਹਿਬ ਬੱਲਾ ਤੋਂ ਸਾਡੇ ਚ ਆਮਦ ਹੋਈ ਆ। ਅਸੀਂ ਤਹਿ ਦਿਲੋ ਸ਼ੁਕਰ ਗੁਜ਼ਾਰ ਹਾਂ ਆਪਣੇ ਇਹ ਵੀਰ ਦੇ ਇੱਥੇ ਪਹੁੰਚਣ ਦੇ। ਹੈਲੋ, ਲਾਸਟ ਫੈਸਲੇ ਜਿਹੜੇ ਨੇ ਕਾਕੇ ਰੈਫਰੀ ਦੇ ਨੇ ਬਈ ਜਵਾਨੋ, ਲਾਸਟ ਫੈਸਲੇ ਜਿਹੜੇ ਨੇ ਉਹ ਰੈਫਰੀ ਦੇ ਨੇ। ਤੁਸੀਂ ਪਿੱਛੇ ਚੱਲ ਜਾਓ ਬਈ ਜਵਾਨੋ,
ਚੱਲ ਕੋਈ ਨੀ ਸਾਡੇ ਦਰਮਿਆਨ ਬਖਸ਼ੀ ਸਿੰਘ ਜੀ ਟਾਹਲੀ, ਹਰਮਿੰਦਰ ਸਿੰਘ ਜੀ ਟਾਹਲੀ, ਹਰਪਾਲ ਸਿੰਘ ਜੀ ਟਾਹਲੀ, ਰੋਮੀ ਟਾਹਲੀ, ਹੈਪੀ ਬੇਗਵਾਲ, ਪੰਮਾ ਨਿੱਕੀ ਮਿਆਣੀ, ਕਨੇਡਾ ਤੋਂ ਦਾਨੀ ਸੱਜਣਾਂ ਦੀ ਇਹ ਲਿਸਟ ਹੈ। ਇਹਨਾਂ ਦਾਨੀ ਸੱਜਣਾਂ ਦੇ ਸਿਰ ਦੇ ਉੱਤੇ ਵੱਡੇ ਵੱਡੇ ਜਿਹੜੇ ਮੇਲੇ ਨੇ ਉਹ ਲੱਗਦੇ ਨੇ। ਇਹ ਸਾਰੇ ਦਾਨੀ ਸੱਜਣਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ। ਓਵਰ ਟੂ ਕੁਲਵਿੰਦਰ ਸਿੰਘ ਬੱਬਲ। ਹੈਲੋ ਰਾਜੂ, ਪਿੰਡ ਜਲਾਲ ਡੋਗਰਾ, ਉਹ ਵੀ ਸਾਡੇ ਵਿੱਚ ਪਹੁੰਚੇ ਹਨ। ਅਸੀਂ ਉਹਨਾਂ ਦਾ ਵੀ ਜੀ ਆਇਆ ਕਹਿੰਦੇ ਹਾਂ। ਇੰਸਪੈਕਟਰ ਬਲਕਾਰ ਸਿੰਘ ਪਿੰਡ ਲੰਮੇ, ਜੋ ਕਿ ਮੇਰੇ ਫਾਦਰ ਦਾ ਹਨ, ਉਹ ਵੀ ਅੱਜ ਇਸ ਟੂਰਨਾਮੈਂਟ ਪਹੁੰਚੇ ਹਨ। ਅਸੀਂ ਉਹਨਾਂ ਦਾ ਵੀ ਜੀ ਆਇਆ ਧੰਨਵਾਦ। ਹੈਲੋ, ਮੈਂ ਬੇਨਤੀ ਕਰਦਾ ਹਾਂ ਕਿ ਸਟੇਜ ਦੇ ਸਾਹਮਣੇ ਜਿੰਨੇ ਵੀ ਵਿਅਕਤੀ ਖੜੇ ਹਨ, ਸਟੇਜ ਦੇ ਸਾਹਮਣੇ, ਮੇਨ ਐਂਟਰੀ ਸਾਹਮਣੇ, ਸਨਿਮਰ ਬੇਨਤੀ ਹੈ ਕਿ ਪਿਆਰ ਦਾ ਸਬੂਤ ਦਿੰਦੇ ਹੋਏ, ਅਨੁਸ਼ਾਸਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਹਿਬ ਦੀ ਹੁਣ ਕਿਰਪਾਲਤਾ ਕਰਨ। ਕਮੇਟੀ ਮੈਂਬਰਾਂ ਨੂੰ ਇਤਰਾਜ਼ ਹੈ ਇਸ ਗੱਲ ਦਾ, ਪਾਸੇ ਹੋ ਕੇ, ਸਾਈਡ ਤੇ ਹੋ ਕੇ ਉਹਨਾਂ ਦੇ ਇਤਰਾਜ਼ ਨੂੰ ਦੂਰ ਕੀਤਾ ਜਾਵੇ, ਕਿਉਂਕਿ ਜੋ ਮੈਚ ਹੋਣ ਜਾ ਰਿਹਾ ਹੈ, ਟੂਰਨਾਮੈਂਟ ਹੋਣ ਜਾ ਰਿਹਾ ਹੈ, ਪਹਿਲਾ ਟੂਰਨਾਮੈਂਟ ਹੈ ਟਾਹਲੀ ਪਿੰਡ ਵਿੱਚ, ਔਰ ਐਡੀ ਵੱਡੀ ਗਿਣਤੀ ਵਿੱਚ ਲੋਕ ਆਏ ਹਨ, ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਅੱਜ ਇਸ ਧਰਤੀ ਤੇ ਐਡਾ ਵੱਡਾ ਦਰਸ਼ਕਾਂ ਦਾ ਹੜ ਆ ਜਾਏਗਾ। ਅਸੀਂ ਦਰਸ਼ਕ ਨੂੰ, ਜਿੰਨੇ ਵੀ ਦਰਸ਼ਕ ਆਏ ਹੋਏ ਹਨ, ਕਮੇਟੀ ਟਾਹਲੀ ਪੱਲਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਔਰ ਟਾਹਲੀ ਪੱਲਾ ਦੇ ਸਮੂਹ ਪੰਚਾਇਤ ਦਰਸ਼ਕਾਂ ਪਾਸੋਂ ਮਾਫੀ ਮੰਗਦੀ ਹੈ, ਕਿਉਂਕਿ ਗਰਾਊਂਡ ਛੋਟੀ ਪੈ ਗਈ ਹੈ, ਸੰਗਤ ਬਹੁਤ ਆ ਚੁੱਕੀ ਹੈ, ਔਰ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਕਮੇਟੀ ਦੇ ਮੁਤਾਬਕ ਜਿੱਥੇ ਵੀ ਇਸੇ ਜਗ੍ਹਾ ਬਣਾਈ ਗਈ ਹੈ ਕਰਾਉਣ ਵਾਸਤੇ ਜਾਂ ਬਹਿਣ ਵਾਸਤੇ, ਆਪਣੇ ਆਪ ਨੂੰ ਐਡਜਸਟ ਕਰਦੇ ਹੋਏ ਅੱਜ ਦੇ ਟੂਰਨਾਮੈਂਟ ਦਾ ਆਨੰਦ, ਅਗਲੀ ਵਾਰੀ ਜੋ ਟੂਰਨਾਮੈਂਟ ਹੋਏਗਾ ਉਹ ਦੂਸਰੀ ਜਗ੍ਹਾ ਚੁਣ ਕੇ, ਬਹੁਤ ਵੱਡੀ ਜਗ੍ਹਾ ਚੁਣ ਕੇ, ਉੱਥੇ ਬਹੁਤ ਵੱਡਾ ਪ੍ਰਬੰਧ ਕੀਤਾ ਜਾਵੇਗਾ। ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦੀ ਕੋਈ ਸ਼ਿਕਾਇਤ ਜਾਂ ਕੋਈ ਉਲਾਮਾ ਨਹੀਂ ਮਿਲੇਗਾ। ਅੱਜ ਦੇ ਵਾਸਤੇ ਸਾਡੀ ਸਾਰੀ ਕਮੇਟੀ ਵੀ ਮੰਗਦੀ ਹੈ, ਇਹ ਜੋ ਟੂਰਨਾਮੈਂਟ ਤੁਸੀਂ ਦੇਖ ਰਹੇ ਹੋ, ਟਾਹਲੀ ਪੱਲਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਜੋ ਕਿ USA 'ਚ ਬਣੀ ਸੀ, ਕੁਝ ਸਮਾਂ ਪਹਿਲਾਂ ਟਾਹਲੀ ਪਿੰਡ ਵਿੱਚ ਇੱਕ ਮਿਸ ਹੈਪਨਿੰਗ ਹੋ ਗਈ ਸੀ। ਟਾਹਲੀ ਪਿੰਡ ਦਾ ਕੁਲਦੀਪ ਸਿੰਘ ਜੋ ਕਿ ਅਮੈਰੀਕਾ ਵਿੱਚ ਰਹਿੰਦਾ ਸੀ, ਉਹਨਾਂ ਦੀ ਇਸੇ ਕਾਰਨ ਕਰਕੇ ਮੌਤ ਹੋ ਗਈ। ਉਸ ਮੌਤ ਤੋਂ ਬਾਅਦ ਜਿੰਨੇ ਵੀ ਲੋਕ ਅਮੈਰੀਕਾ 'ਚ ਰਹਿੰਦੇ ਸਨ ਸਾਡੇ ਪਿੰਡ ਦੇ, ਸਾਡੇ ਇਲਾਕੇ ਦੇ, ਉਹਨਾਂ ਨੇ ਇਸ ਗੱਲ ਨੂੰ ਜ਼ਰੂਰੀ ਸਮਝਿਆ ਲੋਕ, ਤੇ ਕੋਈ ਨਾ ਕੋਈ ਕਮੇਟੀ ਬਣਾਈ ਜਾਵੇ ਤਾਂ ਕਿ ਵਿਦੇਸ਼ ਵਿੱਚ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਵੇ ਦੁੱਖ ਸੁੱਖ ਵਿੱਚ। ਇਹ ਵੀ ਕਿੰਨੇ ਅਮੈਰੀਕਾ ਵਿੱਚ ਇੰਟਰਨੈਸ਼ਨਲ ਕਮੇਟੀ ਹੈ, ਇੰਟਰਨੈਸ਼ਨਲ ਸੁਸਾਇਟੀ ਹੈ, ਕਿਤੇ ਵੀ ਯੂਰਪ 'ਤੇ ਹਰ ਕੰਟਰੀ 'ਚ ਕਿਤੇ ਵੀ ਕੋਈ ਮੁਸ਼ਕਲਾਤ ਆ ਜਾਵੇ, ਕਿਸੇ ਨੂੰ ਕੋਈ ਪ੍ਰੋਬਲਮ ਆ ਜਾਵੇ, ਉਹ ਕਮੇਟੀ ਨੇ ਫੈਸਲਾ ਲਿਆ ਕੇ ਕੋਈ ਕਮੇਟੀ ਬਣਾ ਕੇ ਉਸ ਵਿਅਕਤੀ ਦੀ, ਉਸ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ। ਉਸ ਗੱਲ ਨੂੰ ਮੁੱਖ ਰੱਖ ਇੱਕ ਕਮੇਟੀ ਬਣਾਈ ਗਈ ਸੀ,
ਔਰ ਕਮੇਟੀ ਨੇ ਆਪਣੇ ਐਸੇ ਮੁਤਾਬਕ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਤੁਸੀਂ ਦੇਖ ਰਹੇ ਹੋ ਇਹ ਜੋ ਟੂਰਨਾਮੈਂਟ ਹੋ ਰਿਹਾ ਹੈ, ਘੱਟ ਤੋਂ ਘੱਟ ਵੀ 4-5 ਲੱਖ ਦਾ ਪ੍ਰੋਜੈਕਟ ਹੈ। ਇਹ 4-5 ਲੱਖ ਰੁਪਇਆ ਜੋ ਹੈ ਕਮੇਟੀ ਨੇ ਪਹਿਲਾਂ ਆਪਣੇ ਕੋਲੋਂ ਅਰੇਂਜਮੈਂਟ ਕੀਤਾ ਹੈ। ਅੱਜ ਵੀ ਬਹੁਤ ਧੰਨ ਸੱਜਣੇ ਇੱਥੇ ਆ ਰਹੇ ਹਨ, ਬਹੁਤ ਵੱਡੀ ਗਿਣਤੀ 'ਚ ਲੋਕ ਮਾਇਆ ਤੌਰ 'ਤੇ ਇਸ ਟੂਰਨਾਮੈਂਟ ਦੀ ਸਹਾਇਤਾ ਕਰ ਰਹੇ ਹਨ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਇਹ ਜੋ ਟੂਰਨਾਮੈਂਟ ਹੈ ਪੈਸਿਆਂ ਦਾ ਹੁੰਦਾ ਹੈ, ਪੈਸਾ ਹੀ ਸਭ ਕੁਛ ਕਰਦਾ ਹੈ। ਇਸ ਕਰਕੇ ਸਾਰਿਆਂ ਧੰਨਵਾਦ ਕਰਦੇ ਹਾਂ। ਅੱਜ ਜੋ ਤੁਸੀਂ ਟੂਰਨਾਮੈਂਟ ਦੇਖ ਰਹੇ ਹੋ, ਇਹਦਾ ਇੱਕੋ ਇੱਕ ਮਕਸਦ ਹੈ, ਖਾਸ ਕਰਕੇ ਇਸ ਇਲਾਕੇ ਵਿੱਚ ਜੋ ਨਸ਼ਿਆਂ ਦਾ ਰੁਝਾਨ ਬਹੁਤ ਵੱਡੀ ਗਿਣਤੀ ਵਿੱਚ ਵੱਧ ਗਿਆ ਹੈ। ਸਾਡੇ ਇਲਾਕੇ ਦੇ ਨਸ਼ਾ ਬਹੁਤ ਵੱਡੀ ਗਿਣਤੀ ਵਿੱਚ ਕਰਨ ਜਾ ਰਹੇ ਹਨ। ਸ਼ਰਾਬ ਹੋਵੇ, ਚਾਹੇ ਉਹ ਭੰਗ ਹੋਵੇ, ਚਾਹੇ ਕੈਪਸੂਲ ਹੋਵੇ, ਇਸ ਨਸ਼ੇ ਰੋਕਣ ਵਾਸਤੇ ਇੱਕ ਬਹੁਤ ਵੱਡਾ ਸੁਸਾਇਟੀ ਦਾ ਉਪਰਾਲਾ ਹੈ, ਤਾਂ ਕਿ ਆਉਣ ਵਾਲੇ ਸਮੇਂ 'ਤੇ ਜੋ ਨੌਜਵਾਨ ਪੀੜ੍ਹੀ ਹੈ, ਬੱਚੇ ਹਨ, ਉਹਨਾਂ ਨੂੰ ਸ਼ੌਕ ਜਾਗੇ ਗਰਾਊਂਡ 'ਤੇ ਦੇਖ ਕੇ ਵੀ ਅਸੀਂ ਵੀ ਕੱਲ੍ਹ ਨੂੰ ਖੇਡ ਸਕਦੇ ਹਾਂ, ਅਸੀਂ ਖਿਡਾਰੀ ਬਣ ਸਕਦੇ ਹਾਂ। ਜਦੋਂ ਆਦਮੀ, ਜਦੋਂ ਵਿਅਕਤੀ, ਜਦੋਂ ਇਨਸਾਨ ਇਸ ਗੱਲ ਬਾਰੇ ਸੋਚਦਾ ਹੈ ਖਿਡਾਰੀ ਬਣਨ ਵਾਸਤੇ, ਤਾਂ ਉਹ ਆਟੋਮੈਟਿਕਲੀ ਨਸ਼ਿਆਂ ਤੋਂ ਮੁਕਤ ਹੋ ਜਾਂਦਾ ਹੈ। ਇਸ ਸੁਸਾਇਟੀ ਦਾ ਇਹ ਮਨੋਰਥ ਹੈ, ਇਹ ਉਹਦਾ ਏਜੰਡਾ ਹੈ। ਇਸ ਏਜੰਡੇ ਨੂੰ ਅਸੀਂ ਸਲਾਮ ਸਲੂਟ ਕਰਦੇ ਹਾਂ। ਔਰ ਆਉਣ ਵਾਲੇ ਸਮੇਂ 'ਚ ਇਸ ਸੁਸਾਇਟੀ ਜੋ ਹੈ ਇਸੇ ਤਰ੍ਹਾਂ ਹੀ ਟੂਰਨਾਮੈਂਟ ਕਰਵਾਏਗੀ ਔਰ ਸਾਰੇ ਇਲਾਕੇ ਦਾ ਇਹਨਾਂ ਸਹਿਯੋਗ ਦੀ ਲੋੜ ਹੈ। ਜਿਵੇਂ ਆਪਾਂ ਸਵੇਰ ਤੋਂ ਬੈਠ ਕੇ ਸਹਿਯੋਗ ਦੇ ਰਹੇ ਹਾਂ, ਇਸੇ ਤਰ੍ਹਾਂ ਹੀ ਸ਼ਾਮ ਤੱਕ ਸਾਰਿਆਂ ਨੇ ਸਹਿਯੋਗ ਦੇਣਾ ਹੈ, ਤਾਂ ਕਿ ਇਸ ਕਮੇਟੀ ਦਾ ਵੀ ਆਹ ਟਾਈਮ 'ਤੇ ਬਹੁਤ ਹੌਸਲਾ ਹੋਵੇ। ਆਹ ਸਮੂਹ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਹੀ ਵਧੀਆ ਪਿਆਰ ਦਾ ਸਬੂਤ, ਇੰਨਾ ਸਬੂਤ ਪਿਆਰ ਦਾ ਮੈਂ ਅੱਜ ਤੱਕ ਕਦੇ ਵੀ ਕਿਸੇ ਟੂਰਨਾਮੈਂਟ ਵਿੱਚ ਨਹੀਂ ਦੇਖਿਆ। ਅਸੀਂ ਹਮੇਸ਼ਾ ਟੂਰਨਾਮੈਂਟ ਦੇਖਣ ਜਾਂਦੇ ਹਾਂ। ਇੱਥੇ ਆਏ ਹਨ ਟੂਰਨਾਮੈਂਟ ਅਰੇਂਜ ਕਰਨ ਵਾਲੇ ਸਤਪਾਲ ਸਿੰਘ ਸੱਤੀ ਜੀ, ਪਰਮਿੰਦਰ ਸਿੰਘ ਜੀ ਬੰਟੀ ਜੀ, ਉਹਨਾਂ ਨੇ ਆਉਂਦੇ ਸਾਰ ਹੀ ਸਾਨੂੰ ਇਸ ਗੱਲ ਦੀ ਵਧਾਈ ਦਿੱਤੀ ਹੈ ਕਿ ਤੁਹਾਡਾ ਟੂਰਨਾਮੈਂਟ ਜੋ ਸਫਲ ਹੋ ਗਿਆ ਹੈ। ਇੰਨੀ ਗਿਣਤੀ ਵਿੱਚ ਲੋਕ ਇੱਥੇ ਇੰਨੇ ਆਰਾਮ ਨਾਲ ਬੈਠੇ ਹਨ, ਜੋ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਬੈਠੇ ਹਨ। ਸਾਨੂੰ ਫਿਰ ਉਹ ਦਿਨ ਯਾਦ ਆ ਗਏ ਹਨ ਜਿਹੜੇ ਸ਼ਹੀਦ ਸੁਖਦੇਵ ਸਿੰਘ ਪਾਇਲਟ ਵਾਲੇ, ਜਦੋਂ ਉਹਨਾਂ ਦੀ ਯਾਦ ਵਿੱਚ ਇਸ ਧਰਤੀ 'ਤੇ ਬਹੁਤ ਵੱਡੇ ਪੱਧਰ 'ਤੇ ਟੂਰਨਾਮੈਂਟ ਹੋਇਆ ਕਰਦਾ ਸੀ, ਵਾਲੀਬਾਲ ਗੇਮਾਂ ਹੋਇਆ ਕਰਦੀਆਂ ਸਨ, ਕ੍ਰਿਕਟ ਟੂਰਨਾਮੈਂਟ ਹੋਇਆ ਕਰਦਾ ਸੀ। ਅਸੀਂ ਆਸ ਕਰਦੇ ਹਾਂ ਇਸ ਇਲਾਕੇ ਨੂੰ, ਇਸ ਸੁਸਾਇਟੀ ਨੂੰ, ਕਿ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਹੀ ਦੁਬਾਰਾ ਉਹ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰਕੇ ਆਉਣ ਵਾਲੇ ਸਮੇਂ 'ਚ ਇਸ ਟੂਰਨਾਮੈਂਟ ਨੂੰ ਹੋਰ ਵੱਡੇ ਪੱਧਰ 'ਤੇ ਕੀਤਾ ਜਾਵੇ। ਇਸ ਦੇ ਨਾਲ ਕਬੱਡੀ ਤੋਂ ਇਲਾਵਾ ਹੋਰ ਗੇਮਾਂ ਸ਼ਾਮਿਲ ਕੀਤੀਆਂ ਜਾਣ, ਤਾਂ ਕਿ ਲੋਕਾਂ ਦਾ ਪੂਰੀ ਤਰ੍ਹਾਂ ਮਨੋਰੰਜਨ ਹੋ ਸਕੇ। ਸੁਭਜ ਕਹਿ ਰਿਹਾ, ਪਲੀਜ਼।
ਖਿਡਾਰੀ ਇਸ ਤਰ੍ਹਾਂ ਨਹੀਂ, ਇਹ ਕੋਈ ਕੁੰਭ ਦਾ ਮੇਲਾ ਨਹੀਂ, ਦੁਬਾਰਾ ਫਿਰ ਇੱਕ ਮਿੰਟ ਬਾਅਦ ਲੇਟ ਆ ਜਾਂਦੀ ਹੈ, ਇਸ ਤੋਂ ਉੱਪਰ ਦਾ ਮੌਕਾ ਆ ਜਾਣਾ ਹੈ। ਲੜਨਾ ਨਹੀਂ ਬਿਲਕੁਲ ਲੜਨਾ, ਸਾਰਾ ਪਿਆਰ ਦਾ ਸਬੂਤ ਦੇਣਾ ਹੈ। ਅੱਜ ਇਸ ਧਰਤੀ 'ਤੇ ਜਿਸ ਧਰਤੀ 'ਤੇ ਤੁਸੀਂ ਬੈਠੇ ਹੋ, ਪਹਿਲੀ ਪਿੰਡ 'ਚ ਬਹੁਤ ਹੀ ਕਰਮਾਵਾਈ ਧਰਤੀ ਹੈ। ਇਸ ਧਰਤੀ ਤੋਂ ਧਿਆਨ ਸਿੰਘ ਜੱਜ ਜੋ ਕਿ ਵਿੱਦਿਆ ਦਾ ਗਿਆਨ ਲੈ ਕੇ ਬਹੁਤ ਵੱਡੀ ਪੋਸਟ, ਧਿਆਨ ਸਿੰਘ ਜੱਜ ਉਸ ਨੂੰ ਕੋਈ ਦੁਨੀਆ ਸਭ ਜਾਣਦੀ ਹੈ, ਜੋ ਕਿ ਬਹੁਤ ਇਮਾਨਦਾਰ ਹੋਏ ਹਨ। ਸਰਦਾਰ ਸਿੰਘ ਚੀਫ ਇੰਜੀਨੀਅਰ ਜੋ ਕਿ ਰਿਟਾਇਰ ਹੋਏ ਹਨ, ਇਸ ਧਰਤੀ ਤੋਂ ਪਲੇ ਹਨ। ਲਖਵਿੰਦਰ ਸਿੰਘ ਕਰਨਲ ਸਾਹਿਬ ਉਹ ਵੀ ਇਸ ਧਰਤੀ ਦੇ ਵਸਨੀਕ ਹਨ। ਦਲਵਿੰਦਰ ਸਿੰਘ ਕਰਨਲ ਸਾਹਿਬ ਉਹ ਵੀ ਇਸ ਧਰਤੀ ਦੇ ਵਸਨੀਕ ਹਨ। ਬਲਜੀਤ ਸਿੰਘ ਕਰਨਲ ਉਹ ਵੀ ਇਸ ਧਰਤੀ ਦੇ ਵਸਨੀਕ ਹਨ। ਜੀਤ ਸਿੰਘ ਬੱਲਾ ਜੋ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਚੀਫ ਦੇ ਤੌਰ ਤੇ ਰਿਟਾਇਰ ਹੋਏ ਹਨ, ਉਹ ਵੀ ਇਸ ਧਰਤੀ ਦੇ ਚਾਂਪਲ ਹਨ। ਇਹ ਧਰਤੀ ਬਹੁਤ ਪਵਿੱਤਰ ਤੇ ਕਰਮਾਵਾਂ ਧਰਤੀ ਹੈ। ਇਸ ਧਰਤੀ 'ਤੇ ਬਹੁਤ ਬਹੁਤ ਵੱਡੇ ਉੱਚੇ ਉੱਚੇ ਅਹੁਦਿਆਂ ਦੇ ਲੋਕ ਪਹੁੰਚੇ ਹਨ। ਅਸੀਂ ਆਮ ਟਾਈਮ ਤੋਂ ਵਿਆਸ ਕਰਦੇ ਹਾਂ ਕਿ ਲੋਕ ਹੈਲੋ ਸ਼ਿੰਗਾਰਾ ਸਿੰਘ ਪ੍ਰਧਾਨ ਬੇਨਤੀ ਕਰ ਮੇਰੇ ਕੋਲ ਦੋ ਮਿੰਟ ਵਾਸਤੇ। ਸ਼ਿੰਗਾਰਾ ਸਿੰਘ ਪ੍ਰਧਾਨ ਸਾਹਿਬ, ਸ਼ਿੰਗਾਰਾ ਸਿੰਘ ਪ੍ਰਧਾਨ ਸਾਹਿਬ ਸਾਡੇ ਦਰਮਿਆਨ ਕੁਛ ਸ਼ਖਸੀਅਤਾਂ ਪਹੁੰਚੀਆਂ। ਅਵਤਾਰ ਸਿੰਘ ਜੀ ਜਿਨ੍ਹਾਂ ਨੇ 1000 ਰੁਪਈਆ ਸਾਡੀ ਇਸ ਕਲੱਬ ਵਾਸਤੇ ਦਿੱਤਾ ਹੈ। ਕੁਲਵਿੰਦਰ ਸਿੰਘ ਜੀ 1100 ਰੁਪਈਆ ਸਾਡੀ ਇਸ ਕਲੱਬ ਵਾਸਤੇ ਦਿੱਤਾ ਹੈ। ਸਰਦਾਰ ਨਰਿੰਦਰ ਸਿੰਘ ਜੀ ਜਿਨ੍ਹਾਂ 2500 ਰੁਪਈਆ ਸਾਡੀ ਇਸ ਕਲੱਬ ਵਾਸਤੇ ਦਿੱਤਾ ਹੈ। ਲਖਵੀਰ ਸਿੰਘ ਇਟਲੀ ਵਾਲੇ ਜਿਨ੍ਹਾਂ 1000 ਰੁਪਈਆ ਸਾਡੀ ਇਸ ਕਲੱਬ ਵਾਸਤੇ ਦਿੱਤਾ ਹੈ। ਮੈਂ ਸਾਰੇ ਵੀਰਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਮੇਂ ਕੱਢ ਕੇ ਇੱਥੇ ਪਹੁੰਚੇ, ਨਾਲੇ ਇਸ ਕਲੱਬ ਦਾ ਮਾਣ ਕੀਤਾ। ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਾਰੇ ਹੀ ਆਪਣੇ ਇਹਨਾਂ ਵੀਰਾਂ ਦਾ। ਸਰਦਾਰ ਬਲਵਿੰਦਰ ਸਿੰਘ ਜੀ, ਸਾਬਕਾ ਸਰਪੰਚ ਬੱਲੇ ਚੱਕ, ਉਹਨਾਂ ਦੀ ਵੀ ਆਮਦ ਹੋਈ ਹੈ ਇੱਥੇ ਆਉਣ 'ਤੇ ਦਿਲ